ਜਲਦ ਆਵੇਗਾ ਮੋਦੀ ਸਰਕਾਰ ਨੂੰ ਬਦਲਣ ਦਾ ਸਮਾਂ। ਡਾਕਟਰ ਮਨਮੋਹਨ ਸਿੰਘ। ਬੜੀ ਮਾਤਰਾ ਮੇਂ ਆਪੋਜੀਸ਼ਨ ਪਾਰਟੀਆਂ ਕਾ ਇਕੱਠਾ ਹੋਣਾ ਇੱਕ ਬਹੁਤ ਹੀ ਮਹੱਤਵਪੂਰਨ ਸਿਲਸਿਲਾ ਹੈ ਜਿਸ ਕਾ ਹਮੇਂ ਪੂਰਾ ਫਾਇਦਾ ਉਠਾਤੇ ਹੋਏ ਇੱਕ ਐਸੀ ਮੁਹਿੰਮ ਲਾਣੀ ਚਾਹੀਏ ਕਿ ਦੇਸ਼ ਕੀ ਜਨਤਾ ਕੀ ਜੋ ਆਪ ਪੁਕਾਰ ਹੈ ਕਿ ਮੋਦੀ ਸਰਕਾਰ ਬਹੁਤ ਕੁਛ ਕਰ ਚੁੱਕੀ ਹੈ ਜੋ ਦੇਸ਼ ਕੇ ਹਿੱਤ ਮੇਂ ਨਹੀਂ ਥਾ ਅਬ ਯੇ ਹੱਦ ਸੇ ਵੀ ਪਾਰ ਕਰ ਗਈ ਹੈ ਔਰ ਇਸ ਸਰਕਾਰ ਕੋ ਅਬ ਬਦਲਨੇ ਕਾ ਮੌਕਾ ਆਨੇ ਹੀ ਵਾਲਾ ਜਹਾਂ ਤੱਕ ਹਿੰਦੁਸਤਾਨ ਕੀ ਜਨਤਾ ਕਾ ਸਵਾਲ ਹੈ ਹਰ ਤਰਫ ਸੇ ਪੁਕਾਰੇ ਆ ਰਹੀ ਹੈ ਸ਼ੋਰ ਆ ਰਹਾ ਹੈ ਕਿਸਾਨ ਪਰੇਸ਼ਾਨ ਹੈ ਛੋਟੇ ਵਪਾਰੀ ਪਰੇਸ਼ਾਨ ਹੈ ਨੌਜਵਾਨ ਪਰੇਸ਼ਾਨ ਹੈ ਉਨਕੋ ਕੋਈ ਰੋਜ਼ਗਾਰ ਕੇ ਸਾਧਨ ਨਜ਼ਰ ਆ ਨਹੀਂ ਰਹੇ ਔਰ ਸਾਥ ਹੀ ਸਾਥ ਜੋ ਵਾਅਦੇ ਮੋਦੀ ਸਰਕਾਰ ਨੇ ਭਾਰਤ ਕੀ ਜਨਤਾ ਸੇ ਕੀਏ ਉਹ ਪੂਰਾ ਕਰਨੇ ਮੇਂ ਵੀ ਯੇ ਸਰਕਾਰ ਪੂਰੀ ਤਰ੍ਹਾਂ ਨਾਕਾਮ।